ਆਪਾਂ ਜਾਣਦੇ ਪਏ ਹਾਂ ਬਾਬਾ ਬੁੱਢਣ ਸ਼ਾਹ ਜੀ ਦੇ ਮੱਥਾ ਟੇਕਣ। ਜਾਮ ਬਹੁਤ ਜ਼ਿਆਦਾ ਲੱਗਿਆ ਪਿਆ, ਟਰੈਕਟਰ ਦੇ ਟਰੈਕਟਰ, ਟਰਾਲੀ ਦੇ ਟਰਾਲੀ, ਗੱਡੀ ਦੇ ਗੱਡੀ ਫਸੀ ਪਈ ਆ। ਅਸੀਂ ਤਾਂ ਹੁਣ ਤੁਰ ਕੇ ਜਾਂਦੇ ਪਏ ਹਾਂ। ਚਲੋ
ਤੇ ਕੁਝ ਵੀ ਬਸ ਨਹੀਂ। ਅਸੀਂ ਤਾਂ ਪਹਾੜ ਚੜ੍ਹ ਕੇ ਆਏ ਆ, ਅਸੀਂ ਤਾਂ ਉੱਥੋਂ ਦੀ ਵਿਊ ਕਿੰਨਾ ਘੈਂਟ ਆ ਹਨਾ ਵਿਊ, ਮੈਂ ਕਹਿੰਦਾ ਕਿੰਨਾ ਘੈਂਟ ਆ ਦੇਖ ਕੇ ਅਸੀਂ ਖੜਦੇ ਕਹਿੰਦਾ ਮੱਥਾ ਟੇਕ ਗਿਆ ਭੱਜ ਕੇ। ਚਲੋ ਜੀ ਹੁਣ ਅਨੰਦਪੁਰ ਸਾਹਿਬ ਤੋਂ ਵਾਪਸ, ਰਾਤ ਤੱਕ ਨਹੀਂ ਸੀ ਨਿਕਲਦੇ ਲਾ ਕੇ ਖੜੇ, ਮੁਗਲ ਵਾਲ ਪਾਇਆ ਸੀ ਟੈਂਕੀ 'ਚ ਆਉਣਾ ਪੈਣਾ ਹੈ। ਦਸ ਕਦਮ ਦਾ ਕਿੰਨਾ ਫਰਕ ਪੈ ਗਿਆ, ਦਸ ਕਦਮ ਦਾ ਫਾਇਦਾ ਪਹਿਲਾਂ ਹੱਥ ਧੋਵੇ ਮੈਂ ਤਾਂ ਮਿੱਟੀ 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 ਨਿਕਲ। ਆ ਜੀ ਮਨਾਲੀ ਰੋਡ, ਜਿਹਦਾ ਦਿਲ ਕਰੇ ਜਾ ਸਕਦਾ ਹੈ। ਕੀਰਤਨ ਟਰੈਕਟਰ ਵੀ ਰੰਗ ਕਰਤਾ, ਆਹ ਟਰੈਕਟਰ ਦੇਖਿਆ ਦੇਖਿਆ ਜਿਹਾ ਲੱਗਦਾ, ਤੂੰ ਤਾਂ ਸੋਹਣਾ ਸੀ, ਬੈਟਰੀ ਹੈਗੀ ਟਰੈਕਟਰ 'ਚ, ਮੇਰਾ ਸਾਡੇ ਤਾਂ ਬੀਬੀ ਘੱਟ ਗਿਆ, ਦੋ ਕੀੜੇ ਕੱਢ ਦੋ ਚਾਰੇ ਇੱਧਰ ਨੂੰ ਘਟੇ ਬੀਪੀ ਵਾਲੇ ਬੰਦੇ ਦਾ ਤਾਂ ਫਿਰ ਚਿਹਰਾ ਦਿਖਾ ਦਈਏ ਵੀ ਇੱਦਾਂ ਦਾ ਹੁੰਦਾ।
ਹਾਂ ਪੁੱਛ ਤਾਂ ਚੰਡਾ ਹੈ ਵੈਸੇ ਕਿੰਨੇ ਦਾ ਪੁੱਛਣ ਚ ਕੀ ਜਾਂਦਾ ਠੀਕ ਹੈ ਆ ਗਏ ਸੀ ਲੰਗਰ ਛਕ ਲਿਆ ਲੰਗਰ ਛਕਣ ਤੋਂ ਬਾਅਦ ਹੁਣ ਚੱਲੇ ਹਾਂ ਮੱਥਾ ਟੇਕਣ ਇੱਧਰ ਨੂੰ ਗੜੀ ਆ ਗਾਣਾ ਕੱਢਿਆ ਸੇਵਾ ਕਰ ਲੋ ਭਾਈ।
ਬਾਬਾ ਹਰਬੰਸ ਸਿੰਘ ਸੇਵਾ ਵਾਲਿਆਂ ਦੀ ਸੇਵਾ ਚੌਧਰੀ ਲੜ ਲੱਗੜੀ ਮਤਲਬ ਲੜਦੇ ਸੀ ਇੱਥੇ ਕਿਲਾ ਕੱਚਾ ਕਿਲਾ ਜੰਗ ਹੋਈ ਇੱਥੇ ਚਮਕੌਰ ਸਾਹਿਬ ਚਮਕੌਰ ਦੀ ਜੰਗ ਹਾਂ ਅੰਦਰ ਮੱਥਾ ਟੇਕਣਾ ਪਹਿਲਾਂ ਆਹੀ ਹੈ ਗੜੀ ਚਮਕੌਰ ਦੀ ਲੈ ਲਈਆਂ ਇੱਕ ਹਾਂ ਬਿਜਲੀ ਵਾਲੀ, ਇੱਕ ਲਈ ਆਪਾਂ ਗੁਰੂ ਨਾਨਕ ਦੇਵ ਜੀ ਦੀ, ਅਤੇ ਇੱਕ ਪਿੰਡ ਵਾਲੇ ਸੰਤਾਂ ਦੀ ਸਾਡੇ ਮੁੰਡੇ ਨੇ ਲਈ ਹੈ। ਇਹਨੇ ਕੋਈ ਫੋਟੋ ਨਹੀਂ ਲਈ, ਨਹੀਂ ਲਈ ਨਾ ਫੋਟੋ ਕੋਈ। ਚਲੋ ਆਵਾਂਗੇ ਆਵਾਂਗੇ, ਜ਼ਰੂਰ ਆਵਾਂਗੇ। ਰੇਟ ਭਾਅ ਜੀ ਤੁਹਾਡਾ ਬਹੁਤ ਜ਼ਿਆਦਾ। ਚਮਕੌਰ ਸਾਹਿਬ ਦਰਸ਼ਨ ਹੋ ਗਏ ਆ ਅਤੇ ਹੁਣ ਚੱਲੇ ਹਾਂ, ਇਰਾਦਾ ਬਣਦਾ ਜੇ ਰਹਿ ਗਿਆ ਟਾਈਮ ਤਾਂ ਫਤਿਹਗੜ੍ਹ ਸਾਹਿਬ ਦਰਸ਼ਨ ਕਰਨੇ ਆ ਜਾ ਕੇ। ਲੱਗਾ ਪਾਣੀ ਪੁਣੀ ਪਾਉਣ, ਟਰੈਕਟਰ 'ਚ ਨਾ ਪਤਾ ਨਹੀਂ ਕੀ ਚੱਕਰ ਆ, ਕਚਰਾ ਆ ਰਿਹਾ ਪੰਪ 'ਚ ਵਾਰ ਵਾਰ। ਕੱਲ੍ਹ ਵੀ ਬੰਦ ਹੁੰਦਾ ਹੁੰਦਾ ਨਾ, ਦਿਖਾਉਣਾ ਪੈਣਾ ਇੱਕ ਵਾਰੀ ਇਹਨੂੰ ਏਜੰਸੀ, ਅਤੇ ਉੱਦਾਂ ਤਾਂ ਚਲੋ ਨਹੀਂ ਦੁਖੀ ਕੀਤਾ ਇਹਨੇ ਇੰਨਾ, ਪਰ ਉਹ ਕਚਰੇ ਨੇ ਪ੍ਰੋਬਲਮ ਦੇ ਤੀ, ਇੱਕ ਵਾਰੀ ਖਲਵਾਉਣਾ ਪਿਆ ਸੀ। ਚਲੋ ਸੈੱਟ ਹੋ ਗਿਆ, ਮੁਗਲ ਟੈਂਕੀ 'ਚ ਸਿੱਟ ਲਏ ਲੀਟਰ, ਹੋ ਜੂ ਸੈੱਟ ਹੋ ਗਿਆ। ਜਿੰਦਰਾ ਮੁਗਲ ਵਾਲਾ ਪਾਇਆ ਸੀ ਟੈਂਕੀ 'ਚ, ਬਸ ਸਹੀ ਆ। ਲੀਟਰ ਕੀ ਪਾਉਣਾ ਸੀ, ਸਹੀ ਆ, ਕੋਈ ਚੱਲਣਾ ਕਿਹੜਾ ਬਲੌਕ ਮੁੱਦਾ ਭਾਗ ਗਿਆ ਅੱਗੇ ਬੈਠਣ ਦਾ। ਇਹਦੇ ਲਈ 5 ਮੈਂਬਰੀ ਕਮੇਟੀ ਬਣਾਈ ਜਾਊ।
ਲੱਗੀਆਂ ਮੁਰ ਉਧਰ ਦੀ ਬਹਿ ਹੋਣਾ ਇੱਧਰ ਦੀ ਬਹਿ ਹੋਣਾ ਚੋ ਬਸ ਖੰਭੇ ਚ ਮਾਰ ਕੇ ਖੜਾ ਕਰੀ ਮੜਾ ਟਾਇਰ ਦੇਖੀ ਸਹੀ ਆ ਓਕੇ ਲਓ ਜੀ
ਗੁਰਦੁਆਰਾ ਠੰਡਾ ਬੁਰਜ ਸਰੋਵਰ ਤੇ ਸਾਰੇ ਹੀ ਲੱਗੇ ਹੋਏ ਆ। ਨਹਾਉਣ ਬਾਰੇ ਨਾ ਬੋਲੋ ਯਾਰ, ਮੈਂ ਨਹਾ ਕੇ ਆਇਆ ਫਿਰ ਬਾਅਦ ਚੋਂ। ਚਲੋ ਫਿਰ ਆ ਜਾਓ ਲੈ ਕੇ ਜੀ ਕਿਤੇ ਲਾ। ਇੱਧਰ ਆ ਜਾਓ, ਉਸ ਵੇਲੇ ਕਿੰਨੀ ਭੀੜ ਹੁੰਦੀ ਨਾ ਦਸੰਬਰ ਚ। ਗੁਰਦੁਆਰਾ ਖੰਡਵਾਈ ਸਿੰਘ ਸਾਹਿਬ ਜਾਂਦੇ ਇੱਦਾਂ ਕਰਕੇ ਇੱਧਰ ਨੂੰ ਘੁੰਮਾ ਕੇ ਲਾ ਲਾ।
ਵੜ ਜਾਣੀ ਆ ਚੱਲ ਖਾਲੀ ਸਾਹਿਬ ਆਪਾਂ ਆ ਗਏ ਦੀਵਾਨ ਟੋਡਰਮੱਲ ਦੀ ਹਵੇਲੀ ਦੇਖਣ ਜਿਹਨਾਂ ਨੂੰ ਸ਼ਾਇਦ ਸਾਡੀ ਕੌਮ ਨੇ ਨਾ ਸਾਂਭਿਆ ਨਹੀਂ ਹੈ ਨਾ ਸਰਕਾਰਾਂ ਨੇ ਅਤੇ ਨਾ ਸਾਡੀਆਂ ਕਮੇਟੀਆਂ ਨੇ ਜਿਹੜਾ ਬਚਿਆ ਹੋਇਆ ਹਿੱਸਾ ਬਸ ਆਹੀ ਰਹਿ ਗਿਆ ਦਿਖਾਉਂਦੇ ਅੰਦਰ ਜਾ ਕੇ ਵੀਡੀਓ ਬਹੁਤ ਲੰਬੀ ਹੋ ਚੱਲੀ ਸੀ 27 ਮਿੰਟ ਦੀ ਹੋ ਗਈ ਸੀ ਇਸ ਕਰਕੇ ਆਪਾਂ ਬਾਕੀ ਦੀਆਂ ਵੀਡੀਓ ਨੈਕਸਟ ਪਾਰਟ ਵਿੱਚ ਸ਼ੇਅਰ ਕਰਾਂਗੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ।